बिस्मिल्लाहिर रहमान रहीम अस्सलाम वालेकुम दोस्तों कैसे हो सब ठीक हो जी दोस्तों मैं ਤੁਹਾਡਾ ਦੋਸਤ ਵਈਦ ਸਰਗਾਣਾ ਤੁਸੀਂ ਵੇਖ ਰਹੇ ਹੋ ਸਾਡਾ YouTube ਚੈਨਲ ਟਰੈਕਟਰਸ ਵਰਲਡ ਰੋਜ਼ਾਨਾ ਦੀ ਤਰ੍ਹਾਂ ਇੱਕ ਨਵੀਂ ਵੀਡੀਓ ਦੇ ਨਾਲ ਹਾਜ਼ਰ ਹੋਏ ਹਾਂ ਜਿਸ ਤੇ ਵੀ ਤੁਹਾਨੂੰ ਟਰੈਕਟਰ ਵਿਖਾਵਾਂਗੇ ਬੈਲਾਰਸ 510 ਇਸ ਦੀ ਮੁਕੰਮਲ ਤਫਸੀਲ ਦੇਵਾਂਗੇ 88 ਮਾਡਲ ਹੈ ਜੀ ਇਸ ਦੀ ਮੁਕੰਮਲ ਤਫਸੀਲਾਂ ਤੁਹਾਨੂੰ ਸ਼ੇਅਰ ਕਰਾਂਗੇ ਸੋ ਪਹਿਲੇ ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਦੇ ਦਿੱਤੇ ਕੇ ਬੈਲ ਦੇ ਨਿਸ਼ਾਨ ਨੂੰ ਦਬਾ ਲਓ ਤਾਂ ਕਿ ਹਰ ਆਉਣ ਵਾਲੀ ਨਵੀਂ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਬਾਸਾਨੀ ਪਹੁੰਚ ਸਕੇ ਵੀਡੀਓ ਨੂੰ ਸਕਿਪ ਨਹੀਂ ਕਰਨਾ ਮੁਕੰਮਲ ਵੇਖਣਾ ਵਿੱਚੋ ਯਾਨੀ ਕਿ ਛੱਡਣੀ ਨਹੀਂ ਵੀਡੀਓ ਅੱਧੀ ਨਹੀਂ ਵੇਖਣੀ ਤਾਂ ਕਿ ਮੁਕੰਮਲ ਤਫਸੀਲ ਜਿਹੜੀ ਵੀ ਹੈ ਟਰੈਕਟਰ ਦੀ ਤੁਹਾਨੂੰ ਦਿੱਤੀ ਜਾ ਸਕੇ ਜਿਸ دوستਾ ਆਪਣਾ ਟਰੈਕਟਰ ਸੇਲ ਕਰਨਾ ਹੋਵੇ ਟਰੈਕਟਰ ਦੇ ਮਤਲਬ ਕੁਜ਼ਾਰ ਸੇਲ ਕਰਨਾ ਹੋਵੇ ਸਾਡੀ ਵੀਡੀਓ WhatsApp ਕਰ ਸਕਦਾ ਸਾਡਾ ਨੰਬਰ ਡਿਸਕ੍ਰਿਪਸ਼ਨੇ ਮੌਜੂਦ ਉਸ ਤੇ ਜਾ ਕੇ ਲੈ ਸਕਦੇ ਹੋਗੇ ਇਸ ਵੀਡੀਓ ਦੇ ਤੇ ਲਾਈਕ ਤੇ ਕਮੈਂਟ ਲਾਜ਼ਮੀ ਕਰਨਾ ਹੈ ਇਸ ਨਾਲ ਸਾਡੀ ਹੌਸਲਾ ਫਜ਼ਾਈ ਹੋ ਜਾਂਦੀ ਤੇ ਜਿਹੜੇ ਦੋਸਤ ਸਾਡੇ ਸਬਸਕ੍ਰਾਈਬਰ ਨੇ ਉਹਨਾਂ ਦੇ ਵੀ ਸ਼ੁਕਰਗੁਜ਼ਾਰ ਆ ਜਿਹੜੇ ਨਵੇਂ ਆਉਣ ਵਾਲੇ ਦੋਸਤ ਇਹਨਾਂ ਨੂੰ ਖੁਸ਼ ਆਮਦੀਦ ਆ ਨੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਇਨਸ਼ਾਅੱਲਾ ਉਹਨਾਂ ਦੀ ਪਸੰਦ ਦਾ ਟਰੈਕਟਰ ਉਹਨਾਂ ਨੂੰ ਮਿਲਣਗੇ ਇਸ ਚੈਨਲੋਂ ਤੇ ਆਓ ਦੋਸਤੋ ਤੁਹਾਨੂੰ ਟਰੈਕਟਰ ਦੀ ਮੁਕੰਮਲ ਤਫਸੀਲ ਦਿੰਨੇ ਜੀ ਦੋਸਤੋ ਕੰਡੀਸ਼ਨ ਸਾਰੀ ਤੁਹਾਨੂੰ ਵਿਖਾਣੇ ਆ ਗੱਡੀ ਦੀ बेलारस जी 500 ਦਾ ਮੋਡੀਫਾਈ ਹੋਇਆ ਬੜਾ ਖੂਬਸੂਰਤ ਘਰ ਤੇ ਰੰਗ ਕੀਤਾ ਇਹਨਾਂ ਨੇ ਕਲਰ ਬੜਾ ਸੋਹਣਾ ਕਲਰ ਹੋਇਆ 88 ਮਾਡਲ ਹੈ ਜੀ ਬਾਕੀ ਸਾਰਾ ਰਿਵਿਊ ਤੁਹਾਨੂੰ ਚੈੱਕ ਕਰਾਵਾਂਗੇ ਟਾਇਰ ਚੈੱਕ ਕਰ ਸਕਦੇ ਹੋ ਅਗਲੇ ਸਾਈਡਾਂ ਤੋਂ ਸਾਰਾ ਚੈਸੀ ਦਾ ਅੰਜਣ ਦਾ ਸਾਰਾ ਕਲਰ ਪਿਛਲੇ ਟਾਇਰ ਚੈੱਕ ਕਰ ਸਕਦੇ ਹੋ ਛੱਤ ਚੈੱਕ ਕਰ ਸਕਦੇ ਹੋ ਛੱਤ ਤੁਹਾਡੇ ਸਾਹਮਣੇ ਹੈ ਬੜੀ ਸੋਹਣੀ ਕਰਕੇ ਮੋਡੀਫਾਈ ਕੀਤੀ ਹੈ ਗੱਡੀ ਇਹਨਾਂ ਨੇ ਮੜਗਾਰ ਬਿਲਕੁਲ ਸਿੱਧੇ ਪਧਰੇ ਨੇ ਪਿਛਲੀ ਸਾਈਡ ਦਾ ਰਿਵਿਊ ਚੈੱਕ ਕਰ ਲੋ ਹੌਕ ਵੀ ਲੱਗੀ ਐ ਹੌਕ ਵੀ ਨਾਲ ਹੀ ਮਿਲੇਗੀ ਨੰਬਰ ਲੱਗਿਆ ਐ ਸੁ ਪਿਛਲੀ ਸਾਈਡ ਦਾ ਰਿਵਿਊ ਬਿਲਕੁਲ ਤੁਹਾਡੇ ਸਾਹਮਣੇ ਲੈਂਕਾ ਬਿਲਕੁਲ ਸਿੱਧੀਆਂ ਪਧਰੀਆਂ ਕਿਸੇ ਕਿਸਮ ਦਾ ਮਸਲਾ ਨਹੀਂ ਐ ਪੀਟੀਓ ਦਾ ਕੰਮ ਵੀ ਕਰਾਇਆ ਇਹਨਾਂ ਨੇ ਬਿਲਕੁਲ ਫਿੱਟ ਬਾਕੀ ਦੂਸਰਾ ਜਾਣ ਦੇ ਕੰਡੀਸ਼ਨ ਵੀ ਤੁਹਾਨੂੰ ਦੱਸਾਂਗੇ ਪੰਪ ਨੋਜ਼ਲਾਂ ਸਾਰੀਆਂ ਉਹ ਤੁਹਾਨੂੰ ਕੰਡੀਸ਼ਨ ਦੱਸਾਂਗੇ ਟਾਇਰ ਤੁਹਾਡੇ ਸਾਹਮਣੇ ਨੇ ਟਾਇਰ ਤਕਰੀਬਨ ਥੋੜੇ ਹੀ ਐਨਸ ਦੇ ਤੁਸੀਂ ਦੇਖ ਰਹੇ ਹੋ ਤੁਹਾਡੇ ਸਾਹਮਣੇ ਨੇ ਟਾਇਰ ਤੇ ਦੂਸਰੀ ਸਾਈਡ ਤੋਂ ਰਿਵਿਊ ਚੈੱਕ ਕਰ ਲਓ ਤੁਹਾਡੇ ਸਾਹਮਣੇ ਆ ਛੱਤ ਦਾ ਫਰੀਮਾਂ ਦਾ ਟਾਇਰਾਂ ਦਾ ਮੜਗਾੜ ਦਾ ਤੇ ਬਾਕੀ ਸਾਰਾ ਤੁਹਾਨੂੰ ਰਿਵਿਊ ਚੈੱਕ ਕਰਾਣੇ ਫਰੰਟ ਲੋਕ ਚੈੱਕ ਕਰੋ ਜੀ ਬੰਪਰ ਲੱਗਿਆ ਹੈ ਤੁਹਾਨੂੰ ਮਾੜਾ ਜਿਹੜਾ ਵੀ ਹੈ ਤੇ ਲਾਈਟਾਂ ਲੂਟਾਂ ਇਲੈਕਟ੍ਰੀਸ਼ੀਅਨ ਚਾਲੂ ਹੈ ਇਸ ਦਾ 88 ਮਾਡਲ ਨੰਬਰ ਲੱਗਿਆ ਹੈ SAC ਦਾ 73 ਲਿਖਿਆ ਬਾਕੀ ਸਾਰਾ ਤੁਹਾਨੂੰ ਰਿਵਿਊ ਜਿਹੜਾ ਹੈ ਵੀਡੀਓ ਦੇ ਵਿੱਚ ਨਜ਼ਰ ਆ ਰਿਹਾ ਹੈ ਬਾਕੀ ਸੀਟ ਚੈੱਕ ਕਰ ਲਓ ਡੈਸ਼ਬੋਰਡ ਵੀ ਚੈੱਕ ਕਰਾਨਾ ਤੁਹਾਨੂੰ ਸਟੀਰਿੰਗ ਡੈਸ਼ਬੋਰਡ ਚੈੱਕ ਕਰ ਲਓ ਥੱਲੇ ਫਰਸ਼ ਚੈੱਕ ਕਰ ਲਓ ਚਿਕੜ ਮੈਟ ਵਗੈਰਾ ਰੱਖੇ ਗਏ ਨੇ ਫਰਸ਼ ਤੇ ਤਸਵੀਰ ਆ ਗਈ ਜੀ ਤਸਵੀਰ ਦੇ ਵਿੱਚ ਮੁਕੰਮਲ ਰਿਵਿਊ ਟਰੈਕਟਰ ਦਾ ਆ ਰਿਹਾ ਹੈ ਸਲੈਂਸਰ ਬਿਲਕੁਲ ਫਿੱਟ ਲਾਤੇ ਚ ਨਵਾਂ ਲੱਗਿਆ ਹੈ ਸਲੈਂਸਰ ਬੜਾ ਸੋਹਣਾ ਕਰਤੇ ਯਾਨੀ ਕਿ ਮੋਡੀਫਾਈ ਕਰਾਇਆ ਇਹਨਾਂ ਨੇ 510 ਬੇਲਾਰਸ ਤੁਹਾਡੇ ਸਾਹਮਣੇ ਟਰੈਕਟਰ ਦੀ ਸਾਰੀ ਜਿਹੜੀ ਹੈ ਕੰਡੀਸ਼ਨ ਤੁਸੀਂ ਵੇਖੀ ਹੈ ਬਾਕੀ ਇਸ ਦੀ ਅੰਦਰ ਦੀ ਕੰਡੀਸ਼ਨ ਤੁਹੰਦਾ ਸੀ ਇਹ ਅੰਦਰ ਦੀ ਕੰਡੀਸ਼ਨ ਹੈ ਭਈ ਬਿਲਕੁਲ ਟਾਈਟ ਅੰਜਣ ਦਾ ਫਿਰਟਨ ਨੋਜ਼ਲਾਂ ਪੰਪ ਤੇ ਕਿਸੇ ਕਿਸਮ ਦਾ ਕੋਈ ਕੰਮ ਬੈਦਹੋਣ ਵਾਲਾ ਨਹੀਂ ਹੈ ਜ਼ਿਆਦਾ ਇਸ ਦੀ ਡਿਮਾਂਡ ਦੇ ਬਾਰੇ ਦੱਸਨੇ ਹਾਂ ਡਿਮਾਂਡ ਇਸ ਦੀ ਜੀ ਮਾਲਕ ਕਰ ਰਹੇ ਨੇ 15 15.5 ਲੱਖ ਰੁਪਏ ਮੌਕੇ ਤੇ ਕਮੀ ਬੇਸ਼ੀ ਹੋ ਜਾਏਗੀ ਅਗਰ ਕੋਈ ਟਰੈਕਟਰ ਦੇ ਕੇ ਵਿੱਚ ਲੈਣਾ ਚਾਵੇ ਮੈਸੀ 240 ਤੋਂ ਵੀ ਕਰ ਸਕਦਾ ਸੌਦਾ ਤੇ ਸੌਦੇ ਨਾਲ ਵੀ ਦੇ ਛੱਡਣਗੇ ਲੋਕੇਸ਼ਨ ਇਸ ਦੀ ਦੱਸਣਿਆਂ ਜੀ ਦੀਪਾਲਪੁਰ ਲੋਕੇਸ਼ਨ ਇਸ ਇਹਦੀ ਲੋਕੇਸ਼ਨ ਹੈ ਜੀ ਦੀਪਾਲਪੁਰ ਰੋਡ ਦੀਪਾਲਪੁਰੋਂ ਪਾਕਪਤਨ ਰੋਡ ਤੇ ਜਾ ਕੇ ਬੁੰਗਾ ਯਾਤ ਸਟਾਪ ਉੱਤੇ ਇਹਦੀ ਲੋਕੇਸ਼ਨ ਹੈ ਤੇ ਇਸ ਦੀ ਡਿਮਾਂਡ ਤੁਹਾਨੂੰ ਦੱਸੀ ਹੈ ਬਾਕੀ ਅੰਦਰ ਦੀ ਕੰਡੀਸ਼ਨ ਬਿਲਕੁਲ ਫੇਟਾ ਜਨ ਦਾ ਬਿਲਕੁਲ ਕਿਸੇ ਕਿਸਮ ਦਾ ਕਾਗਜ਼ ਕਾ ਪਿਛ ਕੋਈ ਮਸਲਾ ਨਹੀਂ ਜਿਸ ਦੋਸਤ ਨੂੰ ਚਾਹੀਦਾ ਹੋਵੇ ਨੰਬਰ ਵੇ ਵੀਡੀਓ ਦੇ ਮੌਜੂਦ ਹੈ ਉਸ ਤਰ੍ਹਾਂ ਰابطਾ ਕਰਦੇ ਤੁਸੀਂ ਸਕਦੇ ਹੋ ਤੇ ਉਮੀਦ ਕਰਦਾ ਹਾਂ ਦੋਸਤੋ ਤੁਹਾਨੂੰ ਵੀਡੀਓ ਪਸੰਦ ਆਏਗੀ ਹਰ ਰੋਜ਼ ਐਸੀ ਨਵੀਂ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੁਕਰੀਆ ਦੋਸਤੋ ਅੱਲਾਹ ਹਾਫਿਜ਼